ਬਹੁਤ ਹੀ ਪਿਆਰਾ ਸੁਥਰਾ ਪਲਾਂਟ ਹੈ। ਇਹ ਬੀਜ ਤੋਂ ਵੀ ਦੋਸਤੋ ਤਿਆਰ ਹੁੰਦਾ, ਇਹ ਰਿਲੇਟਡ ਤੋਂ ਵੀ ਤਿਆਰ ਹੁੰਦਾ, ਕੌਂਪਲ ਇਹਦੀ ਨਹੀਂ ਲੱਗਦੀ, ਠੀਕ ਹੈ ਜੀ। ਅਤੇ ਇਹਦੇ ਫੁੱਲ ਗੋਲਡਨ ਕਲਰ ਦੇ ਹੁੰਦੇ ਨੇ, ਯਾਨੀ ਕਿ ਫਿਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰਕੇ ਵਿਖਾਉਂਦਾ, ਥੋੜ੍ਹਾ ਜਿਹਾ ਕਰੀਬੀ ਤੋਂ, ਜਿਸ ਤਰ੍ਹਾਂ ਕਿ ਹਵਾ ਚੱਲਦੀ ਪਈ ਹੈ ਅਤੇ ਬੜੇ ਪਿਆਰੇ ਅਤੇ ਬੜੇ ਖੂਬਸੂਰਤ। ਗਾਰਡਨ ਚ ਆਪਣੇ ਕੰਮ ਵੀ ਕਰਨਾ, ਸਾਰੇ ਦੋਸਤ ਠੀਕ ਠਾਕ ਹੋਣਗੇ, ਸਾਰੇ ਰਾਜ਼ੀ ਖੁਸ਼ ਹੋਣਗੇ, ਸਾਡੇ ਆਪਣੇ ਪਿਆਰਿਆਂ ਨਾਲ ਪਿਆਰ ਵੰਡਦੇ ਹੋਏ, ਮੁਹੱਬਤਾਂ ਵੰਡਦੇ ਹੋਏ। ਸੱਜਣੋ ਵੇਲੇ ਦੋਸਤੋ, ਤੁਹਾਨੂੰ ਅੱਜ ਅਸੀਂ ਪਲਾਂਟ ਦੀ, ਸਮਾਲ ਟੈਰਸ ਪਲਾਂਟ ਦੀ ਵੀਡੀਓ ਦੇਣੀ ਹੈ ਅਤੇ ਬੜੇ ਸੋਹਣੇ ਅਤੇ ਬੜੇ ਖੂਬਸੂਰਤ ਜੇ ਗੋਲਡਨ ਕਲਰ ਦੇ ਫੁੱਲ ਲੱਗੇ ਨੇ, ਯਾਨੀ ਕਿ ਪੀਲਾ ਕਲਰ, ਠੀਕ ਹੈ। ਅਤੇ ਇਹਨੂੰ ਸਾਲ 2 ਦਿਨ ਫੁੱਲ ਲੱਗੇ ਨੇ, ਝਾੜੀ ਨਾ ਪੌਦਾ ਹੁੰਦਾ ਅਤੇ ਛੋਟੇ ਸੇਮ ਦਾ ਪੌਦਾ ਹੁੰਦਾ, ਅਤੇ ਜੇ ਬਹੁਤਾ ਵੱਡਾ ਕਰ ਲਓ ਤਾਂ ਛਾਂ ਵਾਲਾ ਵੀ ਬਣ ਜਾਂਦਾ, ਅਤੇ ਯਾਨੀ ਕਿ 2-3 ਜਗ੍ਹਾ 'ਤੇ ਪੋਟ ਪਲਾਂਟ ਵੀ ਹੈ। ਅਤੇ ਬੀਜ ਤੋਂ ਤਿਆਰ ਹੁੰਦਾ ਅਤੇ ਇਹ ਰਿਲੇਟਡ ਤੋਂ ਤਿਆਰ ਹੁੰਦਾ ਸੈਨਾ ਪਲਾਂਟ। ਕਿਉਂ ਜੀ, ਸੈਨਾ ਪਲਾਂਟ ਹੀ ਕਿਹਾ ਜੀ? ਜੀ ਜੀ, ਸੈਨਾ ਪਲਾਂਟ। ਅਤੇ ਆਓ ਫਿਰ ਸੈਨਾ ਪਲਾਂਟ ਦੀ ਤੁਹਾਡੇ ਨਾਲ ਗੱਲਬਾਤ ਕਰੀਏ, ਅਤੇ ਤੁਹਾਨੂੰ ਇਹਦਾ ਵਿਊ ਕਰਾਈਏ, ਤੁਹਾਨੂੰ ਇਹਦੇ ਪੱਤਿਆਂ ਦੀ ਗੱਲ ਕਰੀਏ, ਅਤੇ ਇਹਦਾ ਖੂਬਸੂਰਤੀ ਦੀ ਗੱਲ ਕਰੀਏ, ਅਤੇ ਇਹਦੀ ਖਜ਼ਾਨ ਦੀ ਗੱਲ ਕਰੀਏ, ਅਤੇ ਇਹਦੀ ਜਰਮੀਨੇਸ਼ਨ ਦੀ ਗੱਲ ਕਰੀਏ। ਮਾਰੋ ਹੱਥ ਕੈਮਰਾ, ਦਿਖਾਓਗਾ ਜੀ ਮਾਸ਼ਾਅੱਲਾ। ਲਓ ਜੀ ਵਿਵਰਸ, ਕੈਮਰਾ ਮੈਂ ਆਪਣੇ ਹੱਥ 'ਚ ਫੜ ਲਿਆ, ਅਤੇ ਸਾਡਾ ਕੈਮਰਾ ਜਿਹੜਾ ਨਾ ਉਹ ਲਾਈਟਸ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਜਨਾਬ ਅੱਛੀ ਤਰ੍ਹਾਂ ਵਿਖਾ ਨਹੀਂ ਪਾ ਰਿਹਾ ਮੈਨੂੰ ਲੱਗਦਾ। ਨਹੀਂ ਨਹੀਂ ਠੀਕ ਹੋ ਗਿਆ ਮਾਸ਼ਾਅੱਲਾ, ਅਲਹਮਦੁਲਿਲਾ। ਬਹੁਤ ਹੀ ਪਿਆਰਾ ਅਤੇ ਬਹੁਤ ਹੀ ਖੂਬਸੂਰਤ ਗੋਲਡਨ ਕਲਰ ਦੇ ਫੁੱਲ ਲੱਗੇ ਹੋਏ ਨੇ, ਅਤੇ ਇਹਦੇ ਲੀਵ ਜਿਹੜੇ ਨੇ ਛਰੀਂ ਦੇ ਪੌਦੇ ਤਰ੍ਹਾਂ ਦੇ ਇਹਦੇ ਪੱਤੇ ਨੇ, ਠੀਕ ਹੈ ਜੀ, ਗੋਲ ਗੋਲ ਪੱਤੇ ਨੇ। ਅਤੇ ਇਹ ਪੌਦਾ ਐਵਰੀ ਗ੍ਰੀਨ ਨਹੀਂ ਹੁੰਦਾ ਦੋਸਤੋ, ਯਾਨੀ ਕਿ ਇਸ ਪੌਦੇ ਦੇ ਮਾਮਲਾਤ ਇੰਜ ਦੇ ਨੇ ਕਿ ਇਸ ਪੌਦੇ ਨੇ ਜੂੰ ਹੀ ਦਸੰਬਰ ਦੇ ਦਿਨ ਆਉਣੇ ਨੇ ਨਾ, 11ਵਾਂ ਮਹੀਨਾ ਆਉਣਾ, ਅਤੇ ਇਹਦੇ ਪੱਤੇ ਜਿਹੜੇ ਨੇ ਝੜ ਜਾਣੇ, ਠੀਕ ਹੈ ਜੀ। ਯਾਨੀ ਕਿ 11ਵਾਂ ਮਹੀਨਾ ਅਕਤੂਬਰ ਦਸੰਬਰ ਦੇ ਜਿਹੜੇ ਦਿਨ ਆਉਣੇ ਨੇ ਨਾ, ਇਹਨਾਂ ਦਿਨਾਂ ਦੇ ਵਿੱਚ 11ਵੇਂ 12ਵੇਂ ਮਹੀਨੇ 'ਚ ਇਹਦੇ ਪੱਤੇ ਝੜ ਜਾਣੇ, ਅਤੇ ਫਿਰ ਫਰਵਰੀ 'ਚ ਨਵੇਂ ਪੱਤੇ ਨਿਕਲਣੇ ਨੇ, ਅਤੇ ਮਾਰਚ ਦੇ ਦਿਨਾਂ 'ਚ ਇਹਨੂੰ ਫੁੱਲ ਬੜੇ ਪਿਆਰੇ ਅਤੇ ਬੜੇ ਖੂਬਸੂਰਤ ਅਤੇ ਬਹੁਤ ਹੀ ਸੋਹਣੇ ਸੁਥਰੇ ਆਉਣੇ ਨੇ, ਠੀਕ ਹੈ ਜੀ। ਹੁਣ ਵੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੌਸਮ ਇਹਦਾ ਸਾਜ਼ਗਾਰ ਹੋਏ ਨਾ, ਟੈਂਪਰੇਚਰ ਦੋਸਤੋ ਇਹਦਾ 30 ਸੈਂਟੀਗ੍ਰੇਡ ਤੋਂ ਥੋੜ੍ਹਾ ਜਿਹਾ ਡਾਊਨ ਹੋ ਜੇ, ਯਾਨੀ ਕਿ ਬਹੁਤ ਜ਼ਿਆਦਾ ਗਰਮੀ 'ਚ ਇਹਨੇ ਫੁੱਲ ਨਹੀਂ ਦੇਣੇ, ਠੀਕ ਹੈ। ਜਿਉਂ ਹੀ ਇਹਦਾ ਟੈਂਪਰੇਚਰ ਦਰਮਿਆਨਾ ਹੋਣਾ, ਸਾਲ 'ਚ 2 ਵਾਰ ਇਹ ਟੈਂਪਰੇਚਰ ਆਉਂਦਾ, ਜਿਉਂ ਹੀ ਸਰਦੀ ਤੋਂ ਬਾਅਦ ਮੌਸਮ ਗਰਮੀ ਵੱਲ ਆਉਂਦਾ, ਤਾਂ ਫਿਰ ਵੀ ਇਸ ਪਲਾਂਟ ਦੇ ਫੁੱਲ ਆਉਂਦੇ ਨੇ, ਯਾਨੀ ਕਿ ਉਹ ਦਿਨ ਨੇ ਮਾਰਚ ਦੇ, ਠੀਕ ਹੈ, 15 ਫਰਵਰੀ ਤੋਂ ਬਾਅਦ, ਅਤੇ ਮਾਰਚ ਅਤੇ ਅਪ੍ਰੈਲ ਦੀ 15 ਤਰੀਕ ਤੱਕ ਇਹਨੂੰ ਫੁੱਲ ਆਉਂਦੇ ਰਹਿੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਗੱਲ ਹੈ ਕਿ ਉਸ ਤੋਂ ਬਾਅਦ ਜਿਹੜੇ ਇਹਨੂੰ ਫੁੱਲ ਆਉਣੇ ਨੇ, ਅਤੇ ਉਹ ਜਨਾਬ ਉਹੋ ਹੀ ਟਾਈਮ ਹੈ ਕਿ ਜਿਹੜੇ ਜਨਾਬ ਹੁਣ ਗਰਮੀ ਵੱਲੋਂ ਸਰਦੀ ਵੱਲੋਂ ਟੈਂਪਰੇਚਰ ਜਾ ਰਿਹਾ, ਠੰਡ ਵੱਲ ਨੂੰ ਜਾ ਰਿਹਾ ਟਾਈਮ, ਅਤੇ ਮੌਸਮ ਬੜਾ ਪਿਆਰਾ ਅਤੇ ਖੂਬਸੂਰਤ ਜਿਹਾ। ਪੰਜਾਬੀ 'ਚ ਜਿਸ ਤਰ੍ਹਾਂ ਦੱਸਾਂ ਕਿ ਜਿਸ ਤਰ੍ਹਾਂ ਕਿ ਮੁੰਜੀ ਨੂੰ ਫਲ ਆਉਂਦਾ ਨਾ ਜਿਹੜੇ ਦਿਨਾਂ 'ਚ, ਯਾਨੀ ਕਿ ਜਿਹੜੇ ਆਹ ਦਿਨ ਹੁਣ ਚੱਲਣ ਡੇ ਨੇ ਅਕਤੂਬਰ ਦੇ, ਠੀਕ ਹੈ, ਅਕਤੂਬਰ ਦੇ ਦਿਨਾਂ 'ਚ, ਅਤੇ ਅਕਤੂਬਰ ਤੋਂ ਅਗਲਾ ਮਹੀਨਾ, ਯਾਨੀ ਕਿ 10ਵਾਂ ਅਤੇ 11ਵੇਂ ਮਹੀਨੇ 'ਚ ਇਹਨੂੰ ਫੁੱਲ ਆਉਣੇ ਨੇ। 11ਵੇਂ ਮਹੀਨੇ ਦਾ ਜਦੋਂ ਆਖੀਰ ਹੋ ਜਾਣਾ ਨਾ, ਯਾਨੀ ਕਿ 11ਵੇਂ ਮਹੀਨੇ ਦੀਆਂ 18 ਤੋਂ 20 ਦਿਨ ਤੱਕ ਜਿਹੜੀਆਂ ਡੇਟਾਂ ਹੋਣੀਆਂ ਨੇ, ਉਹਨਾਂ ਦਿਨਾਂ ਤੱਕ ਫਿਰ ਇਹਨੇ ਕਮਜ਼ੋਰੀ ਵੱਲ ਨੂੰ ਆਉਣਾ, ਅਤੇ ਇਹਦੇ ਪੱਤੇ ਜਿਹੜੇ ਨੇ ਝੜ ਜਾਣੇ, ਠੀਕ ਹੈ। ਹੁਣ ਗੱਲ ਇਹਦੀ ਕਰਨੇ ਆ ਕਿ ਇਹ ਦੋਸਤੋ ਪਲਾਂਟ ਤਿਆਰ ਕਿਸ ਤਰ੍ਹਾਂ ਹੋਣਾ। ਇਸ ਪੌਦੇ ਦੀ ਏਅਰ ਲੇਅਰਿੰਗ ਵੀ ਤੁਸੀਂ ਅੱਛੇ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ। ਇਸ ਪੌਦੇ ਦੀ ਅੱਛੇ ਤਰੀਕੇ ਨਾਲ ਤੁਸੀਂ ਏਅਰ ਲੇਅਰਿੰਗ ਵੀ ਕਰ ਸਕਦੇ ਹੋ। ਜੇ ਏਅਰ ਲੇਅਰਿੰਗ ਦੀ ਵੀਡੀਓ ਵੇਖਣੀ ਹੈ ਤਾਂ ਮੇਰੇ ਚੈਨਲ 'ਚ ਜਾਓ, ਅਤੇ ਏਅਰ ਲੇਅਰਿੰਗ ਦੀ ਵੀਡੀਓ ਤੁਹਾਨੂੰ ਮਿਲੇਗੀ ਕਿ ਇਹਦੀ ਏਅਰ ਲੇਅਰਿੰਗ ਕਿਹੜੇ ਦਿਨਾਂ 'ਚ ਹੋਣੀ ਹੈ ਅਤੇ ਕਿਸ ਤਰ੍ਹਾਂ ਹੋਣੀ ਹੈ, ਕਿਹੜੇ ਮਾਮਲਾ 'ਤੇ। ਹਾਂ, ਉਸ ਨਾਲ ਜ਼ਬਾਨੀ ਕਲਾਮੀ ਤੁਹਾਨੂੰ ਮੈਂ ਸਮਝਾ ਦੇਣਾ। ਕੈਮਰਾ ਜ਼ਰਾ ਮੈਂ ਆਪਣੇ ਹੱਥ ਵਿੱਚ ਫੜਿਆ, ਤੁਸੀਂ ਜ਼ਿਆਦਾਤਰ ਮੇਰੀ ਵੀਡੀਓ ਵੇਖਦੇ ਹੋ ਕਿ ਉਹਦੇ 'ਚ ਮੇਰਾ ਫੇਸ ਜ਼ਿਆਦਾਤਰ ਹੁੰਦਾ, ਅਤੇ ਅੱਛੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਅੱਜ ਸਾਡੇ ਕੋਲ ਸਾਡੇ ਬਾਹੂ ਨੇ, ਅਤੇ ਉਹਨਾਂ ਨੇ ਮਾਰਿਆ ਥੋੜ੍ਹਾ ਜਿਹਾ ਕੈਮਰਾ, ਅਤੇ ਫਿਰ ਬਾਅਦ ਵਿੱਚ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਆਪ ਹੀ ਕੈਮਰਾ ਮਾਰ ਲਵਾਂਗਾ, ਅਤੇ ਆਪ ਹੀ ਤੁਹਾਨੂੰ ਅੱਛੇ ਅੰਦਾਜ਼ ਨਾਲ ਇਹਦਾ ਵਿਊ ਕਰਾਵਾਂਗਾ। ਵੇਖ ਰਹੇ ਹੋ ਨਾ ਤੁਸੀਂ, ਬੜੀ ਖੂਬਸੂਰਤ ਅਤੇ ਗ੍ਰੀਨ ਅਤੇ ਸੋਹਣੀ ਸੁਥਰੀ ਝਾੜੀ ਹੈ, ਅਤੇ ਇਹਦਾ ਹਾਈਟ ਵੀ ਬਹੁਤੀ ਵੱਡੀ ਨਹੀਂ, ਜ਼ਿਆਦਾ ਤੋਂ ਜ਼ਿਆਦਾ 6 ਫੁੱਟ ਤੱਕ ਉਹ ਉੱਪਰ ਵਾਲੀਆਂ ਕੌਂਪਲਾਂ ਗਈਆਂ ਨੇ। ਬੜਾ ਸੋਹਣਾ ਅਤੇ ਬੜਾ
ਪਿਆਰਾ ਅਤੇ ਇਹ ਕਟਿੰਗ ਕਰਕੇ ਬਣਾਇਆ ਹੋਇਆ ਪੌਦਾ, ਜਿਹਦੀ ਕਟਿੰਗ ਨਾ ਕਰਾਂਗੇ ਤਾਂ ਫਿਰ ਇਹ ਪਲਾਂਟ ਥੋੜ੍ਹੀ ਹਾਈਟ ਕਰੇਗਾ ਅਤੇ ਬੜੇ ਪਿਆਰੇ ਸੋਹਣੇ ਸੁਥਰੇ ਅੰਦਾਜ਼ ਨਾਲ ਜਨਾਬ ਇਹ ਛਾਂ ਵਾਲਾ ਪੌਦਾ ਵੀ ਬਣ ਸਕਦਾ। ਅਤੇ ਜੇ ਤੁਸੀਂ ਆਪਣੇ ਟੈਰਸ 'ਚ ਰੱਖਣਾ, ਗਮਲੇ 'ਚ ਲਾ ਸਕਦੇ ਹੋ, ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਪਲਾਂਟ ਸਾਡੇ ਫੁੱਲ ਦੇ ਸਾਡੇ ਕੋਲ ਜਗ੍ਹਾ ਕਮ ਹੈ, ਤਾਂ ਫਿਰ ਇਹਦੀ ਕਾਂਟ ਛਾਂਟ ਕਰਦੇ ਰਹੋ, ਯਾਨੀ ਕਿ ਕਿਹੜੇ ਦਿਨਾਂ 'ਚ ਕਾਂਟ ਛਾਂਟ ਕਰਨੀ ਹੈ, ਜਿਹੜੇ ਦਿਨ 'ਚ ਖਜ਼ਾਂ ਹੋਏ ਇਹਦੇ ਉੱਤੇ ਪੱਤੇ ਨਾ ਹੋਣ, ਯਾਨੀ ਕਿ ਉਹ ਫੁੱਲ ਸਰਦੀ ਦੇ ਦਿਨ ਨੇ। ਜੋ ਹੀ 15 ਫਰਵਰੀ ਹੋ ਜਾਵੇ ਉਹਦੇ ਤੋਂ ਪਹਿਲਾਂ ਤੁਸੀਂ ਨਾ ਜਨਵਰੀ ਦੀ 15 ਤੋਂ ਲੈ ਕੇ 15 ਫਰਵਰੀ ਤੱਕ ਇਹਦੀ ਕਾਂਟ ਛਾਂਟ ਕਰ ਦਿਓ, ਯਾਨੀ ਕਿ ਇਹਦੀ ਕਟਾਈ ਕਰ ਲਓ, ਯਾਨੀ ਕਿ ਆਪਣੇ ਹੱਥ ਦੀ ਰੇਂਜ 'ਚ ਜਿੰਨਾ ਤੁਸੀਂ ਚਾਹੋ ਜਿੰਨੀ ਹਾਈਟ ਇਹਦੀ ਚਾਹੋ ਇਹ ਪਲਾਂਟ ਤੁਸੀਂ ਕਰ ਸਕਦੇ ਹੋ। ਠੀਕ ਹੈ, ਤਿਆਰ ਅਤੇ ਬੜੇ ਖੂਬਸੂਰਤ ਅਤੇ ਬਹੁਤ ਹੀ ਪਿਆਰਾ ਸੁਥਰਾ ਪਲਾਂਟ ਹੈ। ਇਹ ਬੀਜ ਤੋਂ ਵੀ ਦੋਸਤੋ ਤਿਆਰ ਹੁੰਦਾ, ਏਅਰ ਰਿਲੇਟਡ ਤੋਂ ਵੀ ਤਿਆਰ ਹੁੰਦਾ, ਕੌਂਪਲ ਇਹਦੀ ਨਹੀਂ ਲੱਗਦੀ। ਠੀਕ ਹੈ ਜੀ, ਅਤੇ ਇਹਦੇ ਫੁੱਲ ਗੋਲਡਨ ਕਲਰ ਦੇ ਹੁੰਦੇ ਨੇ, ਯਾਨੀ ਕਿ ਫਿਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰਕੇ ਵਿਖਾਉਣਾ, ਥੋੜ੍ਹਾ ਜਿਹਾ ਕਰੀਬੀ ਤੋਂ, ਜਿਸ ਤਰ੍ਹਾਂ ਕਿ ਹਵਾ ਚੱਲਦੀ ਪਈ ਹੈ ਅਤੇ ਬੜੇ ਪਿਆਰੇ ਅਤੇ ਬੜੇ ਖੂਬਸੂਰਤ ਪੀਲਾ ਕਲਰ ਇਹਨੂੰ ਕਿਹਾ ਜਾਂਦਾ। ਠੀਕ ਹੈ ਜੀ, ਵਾਧੂ ਅਤੇ ਸੋਹਣੇ ਫੁੱਲ ਲੱਗਦੇ ਨੇ। ਠੀਕ ਹੈ ਜੀ, ਇਹਦੇ ਉੱਤੇ ਵੇਖੋ ਨਾ ਤਿਤਲੀ ਵੀ ਆ ਕੇ ਬੈਠ ਗਈ ਹੈ, ਤਕਰੀਬਨ ਇਹ ਵਾਲੀ ਤਿਤਲੀ ਆ ਕੇ ਬੈਠ ਗਈ ਹੈ। ਤਿਤਲੀ ਨੇ ਵੀ ਉਸ ਫੁੱਲ 'ਤੇ ਬੈਠਣਾ ਹੁੰਦਾ ਹੈ ਜਿਹੜੀ ਇਹਨੂੰ ਖੂਬਸੂਰਤੀ ਲੱਗੇ, ਜਿਹੜਾ ਮਾਹੌਲ ਦਾ ਚਮਨ ਦਾ ਜ਼ਰਾ ਕੁ ਰੰਗਤ ਬਣਦੀ ਹੋਏ। ਠੀਕ ਹੈ ਜੀ, ਅਤੇ ਹਵਾ ਚੱਲ ਰਹੀ ਹੈ ਅਤੇ ਇਹ ਹਵਾ ਦਾ ਮੰਜ਼ਰ ਜਿਹੜਾ ਨਾ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਖੂਬਸੂਰਤ ਪੇਸ਼ ਕਰਦਾ ਪੌਦਾ। ਲਓ ਦੋਸਤੋ, ਥੋੜ੍ਹੀ ਦੂਰੀ ਤੋਂ ਮੈਂ ਤੁਹਾਨੂੰ ਵਿਊ ਕਰਾਵਾਂ ਇਹਦਾ, ਅਤੇ ਬਹੁਤ ਹੀ ਅੱਛਾ ਅਤੇ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਖੂਬਸੂਰਤ ਪਲਾਂਟ ਹੈ। ਅਤੇ ਇਸ ਪਲਾਂਟ ਦਾ ਨਾਮ ਤੁਹਾਡੇ ਨਾਲ ਅੱਗੇ ਅਸੀਂ ਮੈਨਸ਼ਨ ਕਰ ਛੜਿਆ, ਅੱਛੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਮੈਨਸ਼ਨ ਕਰਨ ਦੀ, ਅਤੇ ਸੋਹਣੇ ਸੁਥਰੇ ਤਰੀਕੇ ਨਾਲ ਤੁਹਾਨੂੰ ਇਸ ਪੌਦੇ ਦੇ ਮੁਤਲਕ ਗੁਫਤਗੂ ਕਰਕੇ ਦੱਸੀ ਹੈ। ਠੀਕ ਹੈ ਜੀ, ਇਹ ਦੇਖ ਰਹੇ ਹੋ ਤੁਸੀਂ ਥੋੜ੍ਹੀ ਦੂਰੀ ਤੋਂ ਮਾਰਿਆ, ਅਤੇ ਮੈਂ ਸਫ਼ਰ ਦੇ ਦੌਰਾਨ ਸਾਂ, ਮੈਂ ਮੁਲਤਾਨ ਤੋਂ ਦੋਸਤੋ ਆਪਣੇ ਲਾਹੌਰ ਵੱਲ ਨੂੰ ਆ ਰਿਹਾ, ਅਤੇ ਮੇਰੇ ਕੋਲ ਵੀਡੀਓ ਨਹੀਂ ਸੀ ਕੋਈ ਵੀ, ਆਇਆ ਗਾਰਡਨ 'ਤੇ ਹੈ ਨਹੀਂ ਸਾਂ, ਕਿਤੇ ਵੀ ਖੜ੍ਹਾ ਨਹੀਂ, ਅਤੇ ਇਸ ਪੌਦੇ ਨੂੰ ਅਸੀਂ ਤੁਹਾਡੇ ਨਾਲ ਮੈਨਸ਼ਨ ਨਹੀਂ ਸੀ ਕੀਤਾ। ਠੀਕ ਹੈ ਜੀ, ਅਤੇ ਇਸ ਪੌਦੇ ਦੇ ਮੁਤਲਕ ਅੱਜ ਤੁਹਾਨੂੰ ਵੀਡੀਓ ਦੇਣੀ ਸੀ, ਇਹਦੇ ਮੁਤਲਕ ਗੁਫਤਗੂ ਕਰਨੀ ਸੀ। ਅਤੇ ਇਹਦੀ ਜਰਮੀਨੇਸ਼ਨ ਦੀ ਗੱਲ ਕੀਤੀ ਹੈ, ਇਹਦਾ ਤੁਹਾਨੂੰ ਵਿਊ ਕਰਾਇਆ, ਇਹਦੇ ਤੁਹਾਨੂੰ ਇਹਦੇ ਮੁਤਲਕ ਗੱਲਾਂ ਕੀਤੀਆਂ। ਗੋਲਡਨ ਫੁੱਲ ਹੁੰਦੇ ਨੇ ਅਤੇ ਬੜੇ ਪਿਆਰੇ ਅਤੇ ਬੜੇ ਖੂਬਸੂਰਤ, ਅਤੇ ਭਰਿਆ ਹੁੰਦਾ ਫੁੱਲਾਂ ਨਾਲ, ਅਤੇ ਜਦੋਂ ਇਹਦੇ ਫੁੱਲਾਂ ਦਾ ਟਾਈਮ ਹੁੰਦਾ ਚਮਨ ਨੂੰ ਜਨਾਬ ਚਮਨ ਕਰ ਦਿੰਦਾ, ਖੂਬਸੂਰਤ ਕਰ ਦਿੰਦਾ, ਪਿਆਰਾ ਕਰ ਦਿੰਦਾ। ਠੀਕ ਹੈ ਜੀ, ਅਤੇ ਫਿਰ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਇਨਸ਼ਾਅੱਲਾ। ਅੱਜ ਸਫ਼ਰ ਦੇ ਦੌਰਾਨ ਲੰਘੀਆਂ ਤੁਹਾਨੂੰ ਵੀਡੀਓ ਦੀ ਆਮੇਦ ਕਰਨਾ, ਪਿਆਰੀ ਲੱਗੀ ਹੋਏਗੀ, ਸੋਹਣੀ ਲੱਗੀ ਹੋਏਗੀ, ਸੁਥਰੀ ਲੱਗੀ ਹੋਏਗੀ। ਠੀਕ ਹੈ ਜੀ, ਇੱਕ ਜਗ੍ਹਾ ਹਾਂ ਟੀ ਬ੍ਰੇਕ ਕੀਤੀ ਹੈ, ਯਾਨੀ ਕਿ ਚਾਏ ਪੀਤੀ ਹੈ ਦੁਪਹਿਰ, ਅਤੇ ਵੀਡੀਓ ਆਪਣੇ ਕੋਲ ਕੋਈ ਨਹੀਂ ਸੀ ਹੈਗੀ, ਆਪਣੇ ਗਾਰਡਨ 'ਚ ਨਹੀਂ, ਅਸੀਂ ਗਾਰਡਨ ਤੋਂ ਹਟ ਗਏ ਹਾਂ, ਮਲਤਾਨ ਰੋਡ 'ਤੇ ਟੂਲ ਪਲਾਜ਼ਾ ਜੋ ਰੈਸਟ ਹਾਊਸ ਹੈ ਉੱਥੇ ਅਸੀਂ ਖੜ੍ਹੇ ਹਾਂ। ਲਓ ਫਿਰ ਦੁਆਵਾਂ 'ਚ ਯਾਦ ਰੱਖਣਾ, ਆਪਣੇ ਅਤੇ ਆਪਣੇ ਪਿਆਰ ਦਾ ਖਿਆਲ ਰੱਖਣਾ, ਇਨਸ਼ਾਅੱਲਾ ਇਨਸ਼ਾਅੱਲਾ ਬਦਲ ਜ਼ਿੰਦਗੀ ਆਪਣੇ ਗਾਰਡਨ 'ਚ ਜਾ ਕੇ ਆਪਣੀ ਵੀਡੀਓ ਤੁਹਾਨੂੰ ਦੇਵਾਂਗੇ। ਠੀਕ ਹੈ ਜੀ, ਉਨੀ ਦੇਰ ਤੱਕ ਆਪਣੀ ਮੇਜ਼ਬਾਨ ਅਤੇ ਆਪਣੇ ਪਿਆਰੇ ਨੂੰ ਇਜਾਜ਼ਤ।